स्वागत है किसान भीर ਤੁਹਾਡਾ ਢਿੱਲੋਂ ਡੇਅਰੀ ਫਾਰਮ ਬਠਿੰਡਾ ਦੇ ਵਿੱਚ। ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ, ਆਪਣਾ ਮੋਬਾਈਲ ਨੰਬਰ ਹੈਗਾ 9871823917। ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ, ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ, ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ। ਅੱਜ ਆਪਾਂ ਪਿੰਡ ਸਹਿਣੇ ਪਹੁੰਚੇ ਹਾਂ ਜੀ, ਜਟਾਣੇ ਕੋਠੇ ਹੈਗੇ ਤੇ ਬਾਈ ਦੀ ਘਰ ਦੀ ਝੋਟੀ ਸੂਈ ਸਵਾਈ, ਰਾਤ ਦੀ ਸੂਈ ਆ, ਕਦੋਂ ਸੂਈ ਆ, ਕਿੰਨਾ ਦੁੱਧ ਵਾਹ ਦਾ ਸਾਰਾ ਪੁੱਛ ਕੇ ਦੱਸਾਂਗੇ, ਕਿੰਨਾ ਪਿਛਲੀ ਵੇਰ ਕੱਢਿਆ, ਗੱਲਬਾਤ ਬਾਈ ਨਾਲ ਕਰਾਵਾਂਗੇ। ਆ ਜਾਓ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਠਾਕ ਹੋ ਜੀ? ਵਧੀਆ, ਤੁਸੀਂ ਦੱਸੋ। ਨੰਬਰ ਬੋਲੋ ਪਹਿਲਾਂ ਦਾ ਜੀ। ਆਪਣਾ ਨੰਬਰ ਹੈਗਾ 6297985753 ਜੀ। ਦੁਬਾਰਾ ਫਿਰ ਬੋਲ ਦਿਓ। 6297985753 ਜੀ। ਤੇ ਪਿੰਡ? ਪਿੰਡ ਸਹਿਣਾ ਜੀ। ਠੀਕ ਆ। ਤੇ ਜ਼ਿਲ੍ਹਾ? ਜ਼ਿਲ੍ਹਾ ਬਰਨਾਲਾ ਜੀ। ਤਹਿਸੀਲ ਤਾਪਾ? ਹਾਂਜੀ, ਤਹਿਸੀਲ ਤਾਪਾ ਜੀ। ਤੇ ਨੇੜੇ ਆਪਣੇ ਪੱਖੋ ਕੈਂਚੀਆਂ ਤੇ ਇਧਰ ਭਦੌੜ ਰਹਿ ਜਾਂਦਾ ਹਨਾ? ਪੱਖੋ ਕੈਂਚੀਆਂ ਭਦੌੜ ਆਪਣੇ ਨਾਲ ਲਾਦੇ ਜੀ। ਓਕੇ ਜੀ। ਤੇ ਵੀਰੇ ਜਿਹੜੀ ਆਪਾਂ ਥੋੜੀ ਝੋਟੀ ਦੇਖੀਆਂ ਨੇ ਸਕਰੀਨ ਤੇ, ਕੀ ਡਿਟੇਲ ਹੈ ਇਹਦੀ? ਇਹ ਵੀਰੇ ਲੀਲੀ ਰਾਵੀ ਚ ਆ ਜਾਂਦੀਆਂ ਨੇ, ਪਿਛਲੇ ਸਾਲ 10-12 ਲੀਟਰ ਦੁੱਧ ਦਿੱਤੇ ਸੀਗੇ। ਠੀਕ ਆ ਠੀਕ ਆ। ਆਈਤੀ ਹੈ 13-14 ਦੇਊਗੀ ਦੇਊਗੀ ਹਨਾ, ਕਹਿਣ ਦੀ ਗੱਲ ਨਹੀਂ ਹੈਗੀ, ਬਾਕੀ ਤਾਂ ਵੀਰੇ ਪਸ਼ੂ ਨੇ ਦੱਸਣਾ ਹੁੰਦਾ ਹਨਾ। ਤੇ ਵੀਰੇ ਚੋਈ ਵੀ ਤੁਹਾਡੀ ਲੰਮਾ ਸਮਾਂ ਦੁੱਧ ਦਿੱਤਾ? ਹਾਂ ਹਾਂ, ਚੋਈ ਵੀ ਆ ਬਈ, ਲੰਮਾ ਸਮਾਂ ਦੁੱਧ ਦਿੱਤਾ, ਲੰਮਾ ਸਮਾਂ ਦੁੱਧ ਦਿੱਤਾ। ਤੇ ਐਤਕੀ ਦੁੱਧ ਆਪਾਂ ਇਹ ਤੋਂ 14-13-14 ਦੀ ਉਮੀਦ ਲਾ ਸਕਦੇ ਹਨਾ? ਠੀਕ ਆ ਜੀ। ਬਾਕੀ ਦਾ ਅੱਖ ਦੇਖੋ ਮਣਕਣੀ ਹੈ ਜੀ, ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ, ਇੱਕ ਦੋ ਨਿਸ਼ਾਨੀਆਂ ਨਹੀਂ ਵੀ ਕਵਰ ਕਰਦੀ, ਆਪਾਂ ਐਂ ਵੀ ਨਹੀਂ ਆਉਂਦੇ ਪਿਓਰਾ, ਪਰ ਨੀਲੀ ਰਾਵੀ ਆਪਾਂ ਕਹਿ ਸਕਦੇ ਹਾਂ। ਤੇ ਕਦੋਂ ਸੂਈ ਆ ਵੀਰੇ? ਰਾਤ ਹੀ ਸੂਈ ਹੈ। ਰਾਤ? ਤੇ ਜੇਰ ਜੱਪਾ? ਓਕੇ ਸਰ, ਠੀਕ। ਤੇ ਕਿੰਨਾ ਕੁ ਬੋਲਾ ਕੱਢਿਆ ਥੱਲੋਂ? ਬੋਲਾ ਕੱਢੀ ਸੀਗੀ 1.5 ਅੱਧੀ ਜੀ। ਬਹੁਤ ਬੈਠਾ ਨਹੀਂ ਆਉਂਦਾ ਹੋਣਾ ਹਨਾ? ਬਾਕੀ ਤਾਂ ਵੀਰੇ ਕਰੋ ਚੈੱਕ, ਥਾਲੜੇ ਬਾ ਨੇੜੇ ਤੋਂ ਕਰੋ ਚੈੱਕ, ਚਾਰੇ ਥਣ ਨਿਕੜ ਮੈਂ ਪੂਰੇ ਗੈਪ ਤੇ ਖੋਲੀ, ਵੀਰੇ ਨੂੰ ਤੋਰ ਕੇ ਦਿਖਾਈਏ। ਆਹ ਦੇਖੋ ਜੀ। ਤੇ ਬਾਕੀ ਦਾ ਜੇ ਆਪਾਂ ਕਹਿ ਲਗੇ ਨਾ 2.5 ਫੁੱਟ ਵਾਂਗੂ ਤਾਂ ਤੋਂ ਚੌੜੀ ਪਈ ਆ, ਕੋਈ ਕਹਿਣ ਦੀ ਗੱਲ ਨਹੀਂ ਵੀ ਆਪਾਂ ਊਂ ਕਹਿਤਾ ਤੇ ਹੋ ਗਿਆ ਹਨਾ। ਤੇ ਕੱਲਾ ਕੱਲਾ ਥਣ ਲੱਗਿਆ ਵਾ, ਤੇ ਦੁੱਧ ਤੁਹਾਨੂੰ ਵਾਕਈ ਪੈ ਦੇਣਾ, ਬਾਈ ਨੇ ਕਿਲੋ ਪਾਈ ਆ, ਘੱਟ ਹੀ ਦੱਸਿਆ ਦੁੱਧ, ਐਂ ਨਹੀਂ ਵੀ ਵੱਧ ਦੱਸਤਾ ਵੀ ਦੇ ਦੂ 15 ਦੇ ਦੂ 18 ਹਨਾ। ਤੇ ਗੱਲ ਬਣਾਈ ਪਈ ਆ ਥੱਲਿਓਂ ਦਾ ਝੋਟੀ ਦੀ। ਆਹ ਦੇਖੋ ਜੀ, ਕਰੋ ਥਣ ਲੇਵਾ ਨੇੜੇ ਤੋਂ ਚੈੱਕ, ਕੱਲਾ ਕੱਲਾ ਥਣ ਲੱਗਿਆ। ਤੇ ਵੀਡੀਓ ਦੇ ਵਿੱਚ ਮੁੱਲ ਵੀਡੀਓ ਦੇ ਵਿੱਚ ਹੀ ਹੋਊ ਜੀ, ਬਣੇ ਰਹੋ ਐਂਡ ਤਾਈਂ, ਛੱਡ ਕੇ ਨਾ ਜਾਇਓ ਵੀਡੀਓ ਨੂੰ, ਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ। ਬਾਕੀ ਇਹ ਦੁੱਧ ਪੀਣ ਵਾਲਾ ਤੋਹਫਾ ਜੀ ਘਰੇ, ਠੀਕ ਆ ਜੀ। ਤੇ ਥਣ ਦੇਖੋ, ਲੇਵਾ ਦੇਖੋ ਕਿੱਥੋਂ ਸਟਾਰਟ ਆਉਂਦਾ ਤੇ ਕਿੱਥੋਂ ਮੁੱਕਦਾ ਜੀ। ਆਹ ਦੇਖੋ, ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ, ਆਪਾਂ ਕੈਮਰਾ ਜਮਾਂ ਥੱਲੇ ਵਾੜ ਦਿੰਦੇ ਹਾਂ ਜੀ। ਤੇ ਬਾਕੀ ਦਾ ਜੇ ਤੁਸੀਂ ਔਨਲਾਈਨ ਮੰਗਾਉਣੀ, ਔਨਲਾਈਨ ਮੰਗਾ ਲਿਓ, ਭਾਉਂਦੀ ਲਾਓ ਜੀ, ਬੱਚਾ ਲਾਓ। ਦੇਖੋ ਵੀਰੋ, ਬੱਚਾ ਜਾਊਂਦਾ ਤੁਸੀਂ ਦੇਖ ਸਕਦੇ ਹੋ, ਠੀਕ ਆ ਜੀ। ਤੇ ਕੁਆਲਿਟੀ ਪੂਰੀ ਫੁੱਲ ਆ, ਤੇ ਸਾਈਜ਼ ਨਾ ਛੋਟਾ ਮੰਨ ਕੇ ਆਇਓ, ਠੀਕ ਆ ਜੀ। ਸਾਈਜ਼ ਪੂਰਾ ਫੁੱਲ ਹੈਗਾ। ਆਹ ਦੇਖੋ ਜੀ, ਤੇ ਮਾਰ ਦਿਓ ਜੀ ਧਾਰਾਂ, ਫਿਰ ਕਰ ਦਿਓ ਬੱਚਾ ਪਰੇ, ਪਹਿਲਾਂ ਬੱਚਾ ਪਾਸੇ ਕਰੋ ਜੀ, ਮਾਰ ਕੇ ਚੈੱਕ ਕਰਾਵਾਂਗੇ। ਆਹ ਦੇਖੋ, ਬੁੜੀ ਚੋਈ ਚੱਲੇ, ਬੰਦਾ ਚੋਈ ਚੱਲੇ, ਕੋਈ ਚੱਕਰ ਨਹੀਂ ਇਹਨੂੰ। ਚਲੋ ਜੀ, ਮਾਰ ਕੇ ਮਾਰ ਦਿਓ ਜੀ, ਟਕਾ ਕੇ। ਆਹ ਦੇਖੋ ਜੀ, ਧਾਰਾਂ ਤਾਂ ਥੱਲਿਓ ਨਾ, ਜਿਵੇਂ ਆਪਾਂ ਕਹਿ ਦਈਏ ਡਾਂਗ ਆਂਗ ਵਰਦੀ ਆ, ਫੜ ਲੈ ਵੀਰੇ ਬੱਚਾ, ਬੰਦੇ ਥੋੜੇ ਜਿਹੇ ਅਣਜਾਣ ਹੀ ਆ, ਤੁਸੀਂ ਆਪ ਵੀ ਹਿਸਾਬ ਲਾ ਲਓ ਧਾਰਾਂ ਧੂਰਾਂ ਤੋਂ। ਆਹ ਦੇਖੋ ਜੀ, ਸਮਾਰ ਕੇ ਮਾਰੋ ਜੀ ਧਾਰਾ। ਹਾਂ ਦੇਖੋ, ਕੋਈ ਭੂਰ ਨਹੀਂ, ਕੋਈ ਸ਼ਰਲਾ ਨਹੀਂ, ਇੱਕ ਨੰਬਰ, ਠੀਕ ਆ ਜੀ। ਦੂਜਿਆਂ 'ਚੋਂ ਮਾਰੋ। ਓਕੇ ਜੀ, ਬਸ ਜੀ, ਬਸ ਜੀ, ਉੱਠ ਕਰੋ। ਆਹ ਦੇਖੋ ਜੀ, ਧਾਰਾਂ ਤੁਹਾਨੂੰ ਕਰਾਤੀਆਂ ਚੈੱਕ, ਅਤੇ ਦੁੱਧ ਵੀ ਬਾਈਆਂ ਨੇ ਜਿੰਨੀ ਗੱਲ ਦੱਸੀ ਆ ਸਹੀ ਦੱਸੀ ਆ। ਹਾਂ ਵੀਰੇ, ਧਾਰਾਂ ਧੂਰਾਂ ਤਾਂ ਆਪਾਂ ਕਰਾਤੀਆਂ ਚੈੱਕ, ਤੇ ਪੈਸੇ ਆਪਾਂ ਇਹਦੇ ਕਿੰਨੇ ਲਵਾਂ? ਜਮਾਂ ਜਾਇਜ਼ ਇਹਦਾ ਜੀ 1,07,000 ਰੁਪਇਆ ਰੇਟ ਆ। ਜਮਾਂ ਜਾਇਜ਼ ਮੰਗਿਆ ਹਨਾ, ਮਾਰ ਤਾੜ ਕਰ ਦਾਂਗੇ ਜੀ। ਕਿੰਨਾ ਕੁ ਹੋਜੂ ਮਾਨਤਾਨ? ਵਧੀਆ ਹੋਜੂ, ਹਾਂਜੀ, ਕਰ ਦਾਂਗੇ 1,000-2,000। ਠੀਕ ਆ ਜੀ। ਤੇ ਬਾਈ ਕਹਿੰਦਾ ਦੇ ਕੇ ਤੋਰਾਂਗੇ, ਠੀਕ ਆ। ਇੱਕ ਵਾਰੀ ਝੋਟੀ ਨੂੰ ਤੋਰ ਦਿਓ ਹੁਣ ਪਸਮੀ ਵੀ ਆ, ਤੇ ਆਪਾਂ ਕਰਾ ਦਈਏ ਥਾਣ ਥੋਣੀ ਚੈੱਕ ਸਮਾਰ ਕੇ, ਠੀਕ ਆ ਜੀ। ਬਾਕੀ ਦੀ ਗੱਲ ਵੀਰੇ, ਆਪਣੇ ਚੈਨਲ 'ਤੇ ਤੁਸੀਂ ਵੀਡੀਓ ਜਿਹੜੇ ਵੀ ਬਾਈ ਦੇਖਦੇ ਆ, ਬੇਫਿਕਰ ਹੋ ਕੇ ਜਦੋਂ ਮਰਜ਼ੀ ਪਸ਼ੂ ਲੈ ਲਿਓ, ਆਪਾਂ ਗੱਲ ਦਿਖਾਉਣੀ ਹੈ ਜਮਾਂ ਸਹੀ। ਅਤੇ ਐਵੇਂ ਆਪਾਂ ਮੱਝ ਨੂੰ ਝੋਟੀ ਨਹੀਂ ਕਹਿਣਾ ਅਤੇ ਝੋਟੀ ਨੂੰ ਮੱਝ ਨਹੀਂ ਕਹਿਣਾ, ਜਿਹੜੀ ਚੀਜ਼ ਹੈਗੀ ਉਹੀ ਦਿਖਾਉਣੀ ਹੈ, ਠੀਕ ਆ ਜੀ। ਆਹ ਦੇਖੋ, ਅਤੇ ਬਾਕੀ ਨੀਲੀ ਰਾਵੀ 'ਚ ਝੋਟੀ ਪੈ ਗਈ, ਅਤੇ ਥਣ ਕੱਲਾ ਕੱਲਾ ਲੱਗਿਆ ਵਾ, ਦੁੱਧ ਬਾਈਆਂ ਨੇ ਦੱਸਤਾ, ਧਾਰਾਂ ਮਰਾ ਕੇ ਦਿਖਾ ਦੀਆਂ, ਮੁੱਲ ਵੀਡੀਓ ਦੇ ਵਿੱਚ ਹੀ ਹੋ ਗਿਆ। ਨੰਬਰ ਫੇਰ ਬੋਲ ਦਿਓ ਜੀ। ਆਪਣਾ ਨੰਬਰ ਹੈਗਾ ਜੀ 6297985753 ਜੀ। ਪਿੰਡ ਸਹਿਣਾ? ਪਿੰਡ ਸਹਿਣਾ ਜੀ। ਭੂਲ ਕੱਪਾ ਕੋਈ ਨਹੀਂ, ਜਿਹੜਾ ਮਰਜ਼ੀ ਪਤਾ ਖੋਲ ਸਕਦਾ। ਓਕੇ ਓਕੇ। ਅਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ।